ਇੰਦਰੀ ਬਖਸ਼ੀ ਨੇ ਨਿਊਜ਼ 18 ਨਾਲ ਗੱਲ ਕਰਦੇ ਹਾਂ ਬਾਦਸ਼ਾਹ ਦੀ ਅਨਾਊਂਸਮੈਂਟ ਵਾਲੀ ਵੀਡੀਓ ਦੇ ਵਿੱਚ ਯੂਜ਼ ਕੀਤੇ ਹੋਏ ਮਿਊਜ਼ਿਕ ਤੇ ਐਲੀਗੇਸ਼ਨ ਲਗਾਏ ਸੀਗੇ ਕਿ ਇਸ ਇੰਟਰੋ ਦੇ ਵਿੱਚ ਜਿਹੜਾ ਮਿਊਜ਼ਿਕ ਹੈ ਉਹ ਇੰਦੀ ਬਖਸ਼ੀ ਜਿਹਦੇ 7 ਸਾਲ ਪੁਰਾਣੇ ਜਿਹੜੇ ਗਾਣਾ ਆਇਆ ਸੀਗਾ ਉਹਦੇ ਵੱਲੋਂ ਯੂਜ਼ ਕੀਤਾ ਗਿਆ ਸੀਗਾ। ਇੱਕ ਨਾ ਟ੍ਰੇਲਰ ਆਇਆ ਬਾਦਸ਼ਾਹ ਦਾ, ਦੇਖਾ ਰਾਜਾ, ਉਸ ਪੂਰੇ ਟ੍ਰੇਲਰ ਦਾ ਮਿਊਜ਼ਿਕ ਮੇਰਾ ਹੈ ਬ੍ਰੋ। ਪੈਨਸਲ ਦਾ ਵੀ ਫਰਕ ਆ ਗਿਆ, ਆਈ ਵਿਲ ਸਟਾਪ ਸਿੰਗਿੰਗ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਇਸ ਚੀਜ਼ ਤੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਐਸਾ ਕੋਈ ਵੀ ਮਿਊਜ਼ਿਕ ਅਸੀਂ ਯੂਜ਼ ਨਹੀਂ ਕੀਤਾ। ਦੱਸ ਦਈਏ ਕਿ ਜਿਹੜਾ ਗਾਣਾ ਇੰਦੀ ਬਖਸ਼ੀ ਵੱਲੋਂ 7 ਸਾਲ ਪਹਿਲਾਂ ਗਾਇਆ ਗਿਆ ਸੀਗਾ ਉਸ ਗਾਣੇ ਦਾ ਨਾਂ ਸੀਗਾ ਲਗਤੀ ਤੂੰ ਬੈਸਟ। ਇੰਦੀ ਬਖਸ਼ੀ ਨੇ ਐਲੀਗੇਸ਼ਨਸ ਲਗਾਏ ਨੇ ਕਿ ਇਸ ਗਾਣੇ ਦਾ ਕੁਝ ਹਿੱਸਾ ਬਾਦਸ਼ਾਹ ਦੀ ਨਵੀਂ ਐਲਬਮ ਏਕ ਥਾ ਰਾਜਾ ਦੀ ਜਿਹੜੀ ਇੰਟਰੋ ਹੈ ਉਹਦੇ ਨਾਲ ਮੇਲ ਖਾਂਦਾ ਹੈ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਏਦਾਂ ਦਾ ਕੋਈ ਵੀ ਮਿਊਜ਼ਿਕ ਸਾਡੇ ਵੱਲੋਂ ਨਹੀਂ ਯੂਜ਼ ਕੀਤਾ ਗਿਆ। ਇੰਦਰੀ ਬਖਸ਼ੀ ਨੇ ਨਿਊਜ਼ 18 ਨਾਲ ਗੱਲ ਕਰਦੇ ਹਾਂ ਬਾਦਸ਼ਾਹ ਦੀ ਅਨਾਊਂਸਮੈਂਟ ਵਾਲੀ ਵੀਡੀਓ ਦੇ ਵਿੱਚ ਯੂਜ਼ ਕੀਤੇ ਹੋਏ ਮਿਊਜ਼ਿਕ ਤੇ ਐਲੀਗੇਸ਼ਨ ਲਗਾਏ ਸੀਗੇ ਕਿ ਇਸ ਇੰਟਰੋ ਦੇ ਵਿੱਚ ਜਿਹੜਾ ਮਿਊਜ਼ਿਕ ਹੈ ਉਹ ਇੰਦੀ ਬਖਸ਼ੀ ਜਿਹਦੇ 7 ਸਾਲ ਪੁਰਾਣੇ ਜਿਹੜੇ ਗਾਣਾ ਆਇਆ ਸੀਗਾ ਉਹਦੇ ਵੱਲੋਂ ਯੂਜ਼ ਕੀਤਾ ਗਿਆ ਸੀਗਾ। ਇੱਕ ਨਾ ਟ੍ਰੇਲਰ ਆਇਆ ਬਾਦਸ਼ਾਹ ਦਾ, ਦੇਖਾ ਰਾਜਾ, ਉਸ ਪੂਰੇ ਟ੍ਰੇਲਰ ਦਾ ਮਿਊਜ਼ਿਕ ਮੇਰਾ ਹੈ ਬ੍ਰੋ। ਪੈਨਸਲ ਦਾ ਵੀ ਫਰਕ ਆ ਗਿਆ, ਆਈ ਵਿਲ ਸਟਾਪ ਸਿੰਗਿੰਗ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਇਸ ਚੀਜ਼ ਤੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਐਸਾ ਕੋਈ ਵੀ ਮਿਊਜ਼ਿਕ ਅਸੀਂ ਯੂਜ਼ ਨਹੀਂ ਕੀਤਾ। ਦੱਸ ਦਈਏ ਕਿ ਜਿਹੜਾ ਗਾਣਾ ਇੰਦੀ ਬਖਸ਼ੀ ਵੱਲੋਂ 7 ਸਾਲ ਪਹਿਲਾਂ ਗਾਇਆ ਗਿਆ ਸੀਗਾ ਉਸ ਗਾਣੇ ਦਾ ਨਾਂ ਸੀਗਾ ਲਗਤੀ ਤੂੰ ਬੈਸਟ। ਇੰਦੀ ਬਖਸ਼ੀ ਨੇ ਐਲੀਗੇਸ਼ਨਸ ਲਗਾਏ ਨੇ ਕਿ ਇਸ ਗਾਣੇ ਦਾ ਕੁਝ ਹਿੱਸਾ ਬਾਦਸ਼ਾਹ ਦੀ ਨਵੀਂ ਐਲਬਮ ਏਕ ਥਾ ਰਾਜਾ ਦੀ ਜਿਹੜੀ ਇੰਟਰੋ ਹੈ ਉਹਦੇ ਨਾਲ ਮੇਲ ਖਾਂਦਾ ਹੈ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਏਦਾਂ ਦਾ ਕੋਈ ਵੀ ਮਿਊਜ਼ਿਕ ਸਾਡੇ ਵੱਲੋਂ ਨਹੀਂ ਯੂਜ਼ ਕੀਤਾ ਗਿਆ। ਇੰਦਰੀ ਬਖਸ਼ੀ ਨੇ ਨਿਊਜ਼ 18 ਨਾਲ ਗੱਲ ਕਰਦੇ ਹਾਂ ਬਾਦਸ਼ਾਹ ਦੀ ਅਨਾਊਂਸਮੈਂਟ ਵਾਲੀ ਵੀਡੀਓ ਦੇ ਵਿੱਚ ਯੂਜ਼ ਕੀਤੇ ਹੋਏ ਮਿਊਜ਼ਿਕ ਤੇ ਐਲੀਗੇਸ਼ਨ ਲਗਾਏ ਸੀਗੇ ਕਿ ਇਸ ਇੰਟਰੋ ਦੇ ਵਿੱਚ ਜਿਹੜਾ ਮਿਊਜ਼ਿਕ ਹੈ ਉਹ ਇੰਦੀ ਬਖਸ਼ੀ ਜਿਹਦੇ 7 ਸਾਲ ਪੁਰਾਣੇ ਜਿਹੜੇ ਗਾਣਾ ਆਇਆ ਸੀਗਾ ਉਹਦੇ ਵੱਲੋਂ ਯੂਜ਼ ਕੀਤਾ ਗਿਆ ਸੀਗਾ। ਇੱਕ ਨਾ ਟ੍ਰੇਲਰ ਆਇਆ ਬਾਦਸ਼ਾਹ ਦਾ, ਦੇਖਾ ਰਾਜਾ, ਉਸ ਪੂਰੇ ਟ੍ਰੇਲਰ ਦਾ ਮਿਊਜ਼ਿਕ ਮੇਰਾ ਹੈ ਬ੍ਰੋ। ਪੈਨਸਲ ਦਾ ਵੀ ਫਰਕ ਆ ਗਿਆ, ਆਈ ਵਿਲ ਸਟਾਪ ਸਿੰਗਿੰਗ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਇਸ ਚੀਜ਼ ਤੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਐਸਾ ਕੋਈ ਵੀ ਮਿਊਜ਼ਿਕ ਅਸੀਂ ਯੂਜ਼ ਨਹੀਂ ਕੀਤਾ। ਦੱਸ ਦਈਏ ਕਿ ਜਿਹੜਾ ਗਾਣਾ ਇੰਦੀ ਬਖਸ਼ੀ ਵੱਲੋਂ 7 ਸਾਲ ਪਹਿਲਾਂ ਗਾਇਆ ਗਿਆ ਸੀਗਾ ਉਸ ਗਾਣੇ ਦਾ ਨਾਂ ਸੀਗਾ ਲਗਤੀ ਤੂੰ ਬੈਸਟ। ਇੰਦੀ ਬਖਸ਼ੀ ਨੇ ਐਲੀਗੇਸ਼ਨਸ ਲਗਾਏ ਨੇ ਕਿ ਇਸ ਗਾਣੇ ਦਾ ਕੁਝ ਹਿੱਸਾ ਬਾਦਸ਼ਾਹ ਦੀ ਨਵੀਂ ਐਲਬਮ ਏਕ ਥਾ ਰਾਜਾ ਦੀ ਜਿਹੜੀ ਇੰਟਰੋ ਹੈ ਉਹਦੇ ਨਾਲ ਮੇਲ ਖਾਂਦਾ ਹੈ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਏਦਾਂ ਦਾ ਕੋਈ ਵੀ ਮਿਊਜ਼ਿਕ ਸਾਡੇ ਵੱਲੋਂ ਨਹੀਂ ਯੂਜ਼ ਕੀਤਾ ਗਿਆ। ਇੰਦਰੀ ਬਖਸ਼ੀ ਨੇ ਨਿਊਜ਼ 18 ਨਾਲ ਗੱਲ ਕਰਦੇ ਹਾਂ ਬਾਦਸ਼ਾਹ ਦੀ ਅਨਾਊਂਸਮੈਂਟ ਵਾਲੀ ਵੀਡੀਓ ਦੇ ਵਿੱਚ ਯੂਜ਼ ਕੀਤੇ ਹੋਏ ਮਿਊਜ਼ਿਕ ਤੇ ਐਲੀਗੇਸ਼ਨ ਲਗਾਏ ਸੀਗੇ ਕਿ ਇਸ ਇੰਟਰੋ ਦੇ ਵਿੱਚ ਜਿਹੜਾ ਮਿਊਜ਼ਿਕ ਹੈ ਉਹ ਇੰਦੀ ਬਖਸ਼ੀ ਜਿਹਦੇ 7 ਸਾਲ ਪੁਰਾਣੇ ਜਿਹੜੇ ਗਾਣਾ ਆਇਆ ਸੀਗਾ ਉਹਦੇ ਵੱਲੋਂ ਯੂਜ਼ ਕੀਤਾ ਗਿਆ ਸੀਗਾ। ਇੱਕ ਨਾ ਟ੍ਰੇਲਰ ਆਇਆ ਬਾਦਸ਼ਾਹ ਦਾ, ਦੇਖਾ ਰਾਜਾ, ਉਸ ਪੂਰੇ ਟ੍ਰੇਲਰ ਦਾ ਮਿਊਜ਼ਿਕ ਮੇਰਾ ਹੈ ਬ੍ਰੋ। ਪੈਨਸਲ ਦਾ ਵੀ ਫਰਕ ਆ ਗਿਆ, ਆਈ ਵਿਲ ਸਟਾਪ ਸਿੰਗਿੰਗ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਇਸ ਚੀਜ਼ ਤੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਐਸਾ ਕੋਈ ਵੀ ਮਿਊਜ਼ਿਕ ਅਸੀਂ ਯੂਜ਼ ਨਹੀਂ ਕੀਤਾ। ਦੱਸ ਦਈਏ ਕਿ ਜਿਹੜਾ ਗਾਣਾ ਇੰਦੀ ਬਖਸ਼ੀ ਵੱਲੋਂ 7 ਸਾਲ ਪਹਿਲਾਂ ਗਾਇਆ ਗਿਆ ਸੀਗਾ ਉਸ ਗਾਣੇ ਦਾ ਨਾਂ ਸੀਗਾ ਲਗਤੀ ਤੂੰ ਬੈਸਟ। ਇੰਦੀ ਬਖਸ਼ੀ ਨੇ ਐਲੀਗੇਸ਼ਨਸ ਲਗਾਏ ਨੇ ਕਿ ਇਸ ਗਾਣੇ ਦਾ ਕੁਝ ਹਿੱਸਾ ਬਾਦਸ਼ਾਹ ਦੀ ਨਵੀਂ ਐਲਬਮ ਏਕ ਥਾ ਰਾਜਾ ਦੀ ਜਿਹੜੀ ਇੰਟਰੋ ਹੈ ਉਹਦੇ ਨਾਲ ਮੇਲ ਖਾਂਦਾ ਹੈ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਏਦਾਂ ਦਾ ਕੋਈ ਵੀ ਮਿਊਜ਼ਿਕ ਸਾਡੇ ਵੱਲੋਂ ਨਹੀਂ ਯੂਜ਼ ਕੀਤਾ ਗਿਆ। ਇੰਦਰੀ ਬਖਸ਼ੀ ਨੇ ਨਿਊਜ਼ 18 ਨਾਲ ਗੱਲ ਕਰਦੇ ਹਾਂ ਬਾਦਸ਼ਾਹ ਦੀ ਅਨਾਊਂਸਮੈਂਟ ਵਾਲੀ ਵੀਡੀਓ ਦੇ ਵਿੱਚ
ਯੂਜ਼ ਕੀਤੇ ਹੋਏ ਮਿਊਜ਼ਿਕ 'ਤੇ ਐਲੀਗੇਸ਼ਨ ਲਗਾਏ ਸੀਗੇ ਕਿ ਇਸ ਇੰਟਰੋ ਦੇ ਵਿੱਚ ਜਿਹੜਾ ਮਿਊਜ਼ਿਕ ਹੈ ਉਹ ਇੰਦੀਪ ਬਖਸ਼ੀ ਜੀ ਦੇ 7 ਸਾਲ ਪੁਰਾਣੇ ਜਿਹੜੇ ਗਾਣਾ ਆਇਆ ਸੀਗਾ ਉਹਦੇ ਵੱਲੋਂ ਯੂਜ਼ ਕੀਤਾ ਗਿਆ ਸੀਗਾ। ਦੇਖਣਾ ਟ੍ਰੇਲਰ ਆਇਆ ਬਾਦਸ਼ਾਹ ਦਾ, ਦੇਖਾ ਰਾਜਾ, ਉਸ ਪੂਰੇ ਟ੍ਰੇਲਰ ਦਾ ਮਿਊਜ਼ਿਕ ਮੇਰਾ ਹੈ ਬ్రో। ਟੈਂਸਲ ਦਾ ਵੀ ਫਰਕ ਆ ਗਿਆ, ਆਈ ਸਟਾਪ ਸਿੰਗਿੰਗ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਇਸ ਚੀਜ਼ 'ਤੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਐਸਾ ਕੋਈ ਵੀ ਮਿਊਜ਼ਿਕ ਅਸੀਂ ਯੂਜ਼ ਨਹੀਂ ਕੀਤਾ। ਦੱਸ ਦਈਏ ਕਿ ਜਿਹੜਾ ਗਾਣਾ ਇੰਦੀਪ ਬਖਸ਼ੀ ਵੱਲੋਂ 7 ਸਾਲ ਪਹਿਲਾਂ ਗਾਇਆ ਗਿਆ ਸੀਗਾ ਉਸ ਗਾਣੇ ਦਾ ਨਾਂ ਸੀਗਾ ਲਗਤੀ ਤੂੰ ਬੈਸਟ। ਇੰਦੀਪ ਬਖਸ਼ੀ ਨੇ ਐਲੀਗੇਸ਼ਨਸ ਲਗਾਏ ਨੇ ਕਿ ਇਸ ਗਾਣੇ ਦਾ ਕੁਝ ਹਿੱਸਾ ਬਾਦਸ਼ਾਹ ਦੀ ਨਵੀਂ ਐਲਬਮ ਏਕ ਥਾ ਰਾਜਾ ਦੀ ਜਿਹੜੀ ਇੰਟਰੋ ਹੈ ਉਹਦੇ ਨਾਲ ਮੇਲ ਖਾਂਦਾ ਹੈ। ਪਰ ਹੁਣ ਬਾਦਸ਼ਾਹ ਦੀ ਟੀਮ ਨੇ ਕਲੈਰੀਫਾਈ ਕੀਤਾ ਹੈ ਕਿ ਇਹ ਸਾਰੇ ਐਲੀਗੇਸ਼ਨ ਝੂਠ ਨੇ, ਇੱਦਾਂ ਦਾ ਕੋਈ ਵੀ ਮਿਊਜ਼ਿਕ ਸਾਡੇ ਵੱਲੋਂ ਨਹੀਂ ਯੂਜ਼ ਕੀਤਾ ਗਿਆ।